ਦੇਖੋ ਜੀ, ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਦਾਂ ਹੋਊਗਾ ਕਿ ਅਕਾਲੀ ਮਹਾਰਾਜਾ ਰਣਜੀਤ ਸਿੰਘ ਦੇ ਫਰਜੰਦ ਅਕਾਲੀ ਮਹਾਰਾਜਾ ਦਲੀਪ ਸਿੰਘ ਦੀ ਸੋਚ ਜਿਹੜੀ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ ਦੇ ਵਿੱਚ ਪਾਰਲੀਮੈਂਟ ਦੀਆਂ ਪੌੜੀਆਂ ਚੜੂਗੀ। ਤੇ ਤੁਸੀਂ ਦੇਖੋਗੇ 2027 ਦੇ ਵਿੱਚ ਜਿਨ੍ਹਾਂ ਨੇ ਪੰਜਾਬ ਨੂੰ ਟੁੰਬ ਟੁੰਬ ਕੇ ਖਾਧਾ ਉਹ ਸਾਰੇ ਲੀਡਰਾਂ ਦੇ ਮੂਹਰੇ ਅੰਮ੍ਰਿਤਪਾਲ ਸਿੰਘ ਖੜਾ ਨਜ਼ਰ ਆਊਗਾ। ਉਹ ਸਾਰੇ ਲੀਡਰਾਂ ਨੂੰ ਆਪਣੇ ਮੂਹਰੇ ਅਕਾਲੀ ਮਹਾਰਾਜਾ ਦਲੀਪ ਸਿੰਘ ਖੜਾ ਨਜ਼ਰ ਆਊਗਾ। ਇਹਨਾਂ ਨੂੰ ਇਹੀ ਡਰ ਸਤਾ ਰਿਹਾ ਕਿ 2027 ਨੂੰ ਇਹਨਾਂ ਵਾਸਤੇ ਦਰਵਾਜ਼ੇ ਨਾ ਬੰਦ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਤੇ ਇੱਕਜੁੱਟ ਹੋਣ ਦਾ ਇੱਕ ਸੁਨੇਹਾ ਮਿਲਿਆ ਸਾਨੂੰ, ਕਿਉਂਕਿ ਬਹੁਤ ਵੱਡੀ ਲੀਡ ਨਾਲ ਭਾਈ ਸਾਹਿਬ ਦਾ ਜਿੱਤ ਪ੍ਰਾਪਤ ਹੋਈ ਆ। ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਆ। ਸਾਰੇ ਭਾਈਚਾਰੇ ਨੇ ਬੜੀ ਸਾਂਝ ਨਿਭਾਈ ਆ। ਜਿਵੇਂ ਜਿਵੇਂ ਸਮਾਂ ਆਈ ਆ ਵਧੀਆ ਕਾਰਜ ਕਰਾਵਾਂਗੇ ਸ਼ਹਿਰ ਦੇ ਵੀ ਤੇ ਬਾਹਰਲੇ ਜ਼ਿਲ੍ਹਿਆਂ ਦੇ ਵੀ। ਜੋ ਨਸ਼ੇ ਦੀ ਦਲਦਲ ਵਿੱਚ ਬੱਚੇ ਫਸੇ ਆ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਚੰਗੇ ਉਪਰਾਲਿਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਨਸ਼ੇ ਤੋਂ ਰਹਿਤ ਕਰਾਂਗੇ ਜੀ। ਲੱਗਦਾ ਸੀਗਾ ਕਿ ਜਿੱਤ ਪਾਉਗੇ ਕਿਉਂਕਿ ਬਹੁਤ ਜਿਹੜੀ ਇਹ ਚੋਣ ਜਿਹੜੀ ਆ ਹਲਕਾ ਸੀਗੀ, ਸਾਨੂੰ 100% ਮਹਾਰਾਜ ਦੀ ਕਿਰਪਾ ਸੀਗੀ। ਮਹਾਰਾਜ ਨੇ ਕਹਿੰਦੇ ਹੁੰਦੇ ਕਿਰਪਾ ਕੀਤੀ ਸੀ ਪੂਰੀ, 100% ਸਾਨੂੰ ਸੀਗਾ ਵੀ ਅਸੀਂ ਜਿੱਤਾਂਗੇ। ਤੇ ਕਿਉਂਕਿ ਸੱਚ ਦੀ ਲੜਾਈ ਆ, ਸੱਚ ਦੇ ਅੱਗੇ ਮਹਾਰਾਜ ਆਪ ਸਤਿਕਾਰ ਦੇ ਕੇ ਮਹਾਰਾਜ ਪਿਆਰ ਦਿਵਾਉਂਦਾ ਵਾ, ਸੱਚ ਦੇ ਅਸੀਂ ਖੜੇ ਸੀਗੇ। ਬਿਲਕੁਲ ਜੀ, ਇਹ ਸ਼ਹੀਦੀ ਦਿਹਾੜੇ ਚੱਲਣ ਡੇ ਆ ਜੀ। 6 ਜੂਨ ਤੱਕ ਸ਼ਹੀਦੀ ਦਿਹਾੜੇ ਚੱਲਦੇ ਪਏ ਸੀਗੇ ਇੱਥੇ। ਇਹ ਅੱਜ 4 ਜੂਨ ਹੋਈ, ਅੱਜ ਦੇ ਦਿਨ ਦਰਬਾਰ ਸਾਹਿਬ ਤੇ ਬੜਾ ਭਿਆਨਕ ਹਮਲਾ ਕੀਤਾ ਗਿਆ ਹਕੂਮਤ ਨੇ। ਤੇ ਜਿਹਦੇ ਰੋਸ ਵਿੱਚ ਅੱਜ ਅਸੀਂ ਸ਼ਾਂਤਮਈ ਸਿਮਰਨ ਜਾਪ ਕਰਦੇ ਹੋਏ ਬਾਜ਼ਾਰ ਦੇ ਵਿੱਚ ਉਹ ਸਾਰੀ ਸੰਗਤ ਦਾ ਧੰਨਵਾਦ ਕੀਤਾ ਹੈ। ਤੇ ਇਸੇ ਤਰ੍ਹਾਂ ਹੀ ਅਸੀਂ ਜੋ ਮਤਲਬ ਤਰੀਕੇ ਦੇ ਨਾਲ ਚੱਲਾਂਗੇ ਸ਼ਾਂਤਮਈ। ਆਹ